वाहे गुरु साहिब जी, गुरु नानक अंगद गुरु अमरदास पद बंद, रामदास अर्जुन गुरु बर श्री हर गोबिंद, हर राय हर कृष्ण गुर तेग बहादुर चंद, दसवें गोबिंद सिंह गुर नमो चरण अरबिंद, एकंकारा सतगुरु तेह प्रसाद सच होए। वाहे गुरु जी की फतेह, विघ्न विनाशन सो कहा बुद्ध प्रभु तुच्छ हमारी, वर्ण सकह महिमा जो हम न सकत कर सिफत तुम्हारी, आप ले हो तुम कथा सुधारी। सो कहो टल गुर सेवी अहनिस सहज सुभाए, दर्शन परसे गुरु कै जन्म मरण दुख, दर्शन परसे गुरु कै जन्म मरण दुख जाए। सतनाम श्री वाहे गुरु साहिब जी चौपाए, सुन कै श्रवण मूड ललचाने, भय तिमर आए तिस थाने चौपाए, सुन कै श्रवण मूड ललचाने। वाहिगुरु जी का खालसा, वाहिगुरु जी की फतेह। सतगुरां दी साजी नवाजी, गुरु प्यारी गुरु सवारी साध संगत जीओ, चावर छात्र तख्त दे मालक जुगो जुग अटल गुरता गद्दी ते शुभाए मान, दसां पातशाहियां दी आत्मक जोत प्रतख सतगुरु हाजरा हजूर जाहरा जहूर सतगुरु, सर्व कला भरपूर सतगुरु, गरीब नवाज सतगुरु, तिन्ना लोकां दे मालक सतगुरु, खंडा ब्रह्मंडा दे प्रतपालक सतगुरु, धन धन साहिब श्री गुरु ग्रंथ साहिब महाराज सच्चे पातशाह जी दी अपार किरपा रहमत बख्शिश हो रही है। सतगुरु जी दी दया दा सदका गरीब नवाज सच्चे पातशाह जी दे चरणा विच सतगुरां दे पवित्र अस्थान गुरद्वारा शहीद बाबा निहाल सिंह जी नगर तल्लण जिला जलंधर दुआबे विखे जुड़ बैठ के गुरु की पवित्र इतिहास की कथा सरवण करन दा सुभाग प्राप्त हो रहा है। संध्या दे समय सजे हुए दीवान विच आप जी ने रोज़ दे नेम दे मुताबक गुरु की बाणी दे मनोहर कीर्तन तो उपरंत रहरा साहब दे पाठ सतगुरां दे वजीर ग्रंथी सिंह जी दे पासों सरवण करके आनंद माणिया है, लाहा प्राप्त कीता है। अपने समय अते स्वासां नूं होर सफला करन दे लई आओ, गुरु चरणा विच जुड़ के सतगुरां दे सरगुण स्वरूप दी सोहणी कथा दे नाल मन नूं जोड़िए, ता कि साडा हिरदा शुद्ध होवे, सानू साडे पुरखियां दा वाह बाणियां कहानियां पुत सपुत करेन दे महावाक दे मुताबक इतिहास दा पता लगे, साडी विरासत दा पता लगे, साडे सतगुरु साहिब जी कितने महान उन्हां ने कारज इस संसार दे विच कीते है, उन्हां सभना बारे सानू जानना पवे। इस लई आओ बड़े प्यार दे नाल श्री गुरप्रताप सूरज ग्रंथ विच चूड़ामण कवि महापुरख भाई साहिब भाई संतोख सिंह जी ने जो सतगुरां दा सुंदर जीवन अंकित कीता है,
ਬੜੇ ਪਿਆਰ ਦੇ ਨਾਲ ਗੁਰੂ ਕੇ ਬਚਨਾਂ ਨੂੰ ਸਰਵਣ ਕਰੀਏ, ਗੁਰੂ ਕੀ ਸੋਹਣੀ ਕਥਾ ਨੂੰ, ਗੁਰੂ ਕੇ ਕੌਤਕਾਂ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਚਾਪਾਈ, ਸੁਣ ਕੇ ਸਰਾਉਣ ਮੂਡ ਲਲਚਾਨੇ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਰਾਜਦੇ ਆ। ਬੇਅੰਤ ਗੁਰੂ ਕੀਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਭੇਜੇ ਗਏ ਹੁਕਮਨਾਮਿਆਂ ਦੇ ਮੁਤਾਬਕ ਗੁਰੂ ਘਰ ਦੇ ਵਿੱਚ ਭੇਟਾਵਾਂ ਲੈ ਕੇ ਆਈਆਂ। ਸਤਿਗੁਰਾਂ ਨੇ ਵਿਸ਼ੇਸ਼ ਦੋ ਹੁਕਮਨਾਮੇ ਲਿਖ ਕੇ ਭੇਜੇ, ਕਿਉਂਕਿ ਗੁਰੂ ਕੀਆਂ ਸੰਗਤਾਂ ਨੇ ਇਹ ਸੰਕਲਪ ਕੀਤਾ ਸੀ, ਮਨ ਵਿੱਚ ਮਨੋਰਥ ਕੀਤਾ ਸੀ, ਫੁਰਨਾ ਕੀਤਾ ਸੀ ਗੁਰੂ ਕੇ ਖਾਲਸੇ ਨੇ ਕਿ ਇੱਕ ਸੁੰਦਰ ਸੋਨੇ ਦਾ ਮਹੱਲ ਹੋਵੇ ਜਿਹਦੀਆਂ ਕੰਧਾਂ ਹੀਰੇ ਜਵਾਹਰਾਤਾਂ ਦੇ ਨਾਲ ਜੜੀਆਂ ਹੋਣ, ਉਹਦੇ ਵਿੱਚ ਸਨੱਧਬੱਧ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਸੁੰਦਰ ਵਸਤਰ ਪਹਿਨ ਕੇ ਜਦੋਂ ਵਿਰਾਜਮਾਨ ਹੋਣਗੇ, ਸੀਸ ਦੇ ਉੱਤੇ ਸੁੰਦਰ ਦਸਤਾਰ ਜਿਗਾ ਕਲਗੀ ਸਜਾ ਕੇ, ਅਤੇ ਕਿੰਨਾ ਆਨੰਦ ਆਵੇਗਾ ਸਤਿਗੁਰੂ ਜੀ ਦੇ ਦੀਦਾਰ ਕਰਨ ਦਾ। ਸਤਿਗੁਰੂ ਜੀ ਦੇ ਦੀਦਾਰ ਤਾਂ ਵੈਸੇ ਹੀ ਮੋਹਿਤ ਕਰਨ ਵਾਲੇ ਹੈ, ਹਰ ਇੱਕ ਨੂੰ ਆਪਣੇ ਵੱਲ ਖਿੱਚਦੇ ਹੈ। ਸੋ ਇਸ ਤਰ੍ਹਾਂ ਦੀਆਂ ਵਿਚਾਰਾਂ ਅੰਤਰਯਾਮੀ ਸਤਿਗੁਰੂ ਨੇ ਹਿਰਦੇ ਵਿੱਚ ਜਾਣ ਕੇ ਫਿਰ ਲਖਾਰੀ ਸਿੰਘ ਨੂੰ ਬੁਲਾਇਆ, ਹੁਕਮਨਾਮਾ ਲਿਖਾਇਆ ਕਿ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਰਹਿੰਦੀ ਆ, ਵੱਸਦੀ ਹੈ, ਉੱਥੇ ਉੱਥੇ ਇਹ ਹੁਕਮਨਾਮੇ ਭੇਜੇ ਜਾਣ। ਹੁਕਮਨਾਮੇ ਦੀ ਇਬਾਰਤ ਸਤਿਗੁਰਾਂ ਨੇ ਲਿਖਵਾਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਿੱਖੀ ਆ ਔਰ ਗੁਰੂ ਕੀ ਸੰਗਤ ਹੈ ਇਹ ਹਰੀ ਭਰੀ ਰਹੇ, ਅਸੀਂ ਇਹ ਕਾਮਨਾ ਕਰਦੇ ਹਾਂ। ਨਾਲ ਹੀ ਵਿੱਚ ਹੁਕਮ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰੇਕ ਇਲਾਕੇ ਦੀ ਸੰਗਤ ਨੂੰ ਇਹ ਹੁਕਮ ਕੀਤਾ ਹੈ ਕਿ ਵੱਧ ਤੋਂ ਵੱਧ ਖਰਾ ਸੋਨਾ ਗੁਰੂ ਕੇ ਦਰਬਾਰ ਦੇ ਵਿੱਚ ਭੇਟਾ ਕੀਤਾ ਜਾਵੇ, ਅਤੇ ਸੋਨਾ ਵੀ ਉਹ ਭੇਟਾ ਕਰਨਾ ਹੈ ਜਿਹੜਾ ਚਾਂਦੀ ਦੇ 21 ਰੁਪਈਆਂ ਦਾ ਤੋਲਾ ਆਉਂਦਾ, ਭਾਅ ਬਹੁਤ ਉੱਤਮ ਕਿਸਮ ਦਾ, ਕਿਉਂਕਿ 21 ਰੁਪਈਏ ਚਾਂਦੀ ਦੇ ਉਸ ਵੇਲੇ ਅੱਜ ਦੇ ਸਮੇਂ ਵਿੱਚ ਵੇਖੀਏ ਅਤੇ ਗੁਰਮੁਖ ਪਿਆਰਿਓ ਲੱਖਾਂ ਦਾ ਮੁੱਲ ਰੱਖਦੇ ਹੋਣਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੁਕਮਨਾਮੇ ਭੇਜੇ, ਗੁਰੂ ਕੀਆਂ ਸੰਗਤਾਂ ਬੇਅੰਤ ਜਗ੍ਹਾ ਤੋਂ ਸੋਨਾ ਲੈ ਕੇ, ਅਤੇ ਨਾਲ ਸਤਿਗੁਰਾਂ ਨੇ ਲਿਖਾਇਆ ਕਿ ਭਾਈ ਜੀ ਦੇ ਘਰ ਵਿੱਚ ਨਹੀਂ ਹੈ ਇਹ ਖਰਾ ਸੋਨਾ, ਉਹ ਭਾਵੇਂ ਮੁੱਲ ਖਰੀਦ ਕੇ ਭੇਜਣ ਪਰ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਜ਼ਰੂਰ ਇਹ ਗੁਰੂ ਘਰ ਵਿਖੇ ਸੋਨਾ ਭੇਟਾ ਕੀਤਾ ਜਾਵੇ। ਸੋ ਉੱਤਮ ਕਿਸਮ ਦਾ ਬਿਲਕੁਲ ਖਰਾ ਸੋਨਾ ਗੁਰੂ ਕੀਆਂ ਸੰਗਤਾਂ ਗੁਰਦਰਬਾਰ ਵਿੱਚ ਲੈ ਕੇ ਆਈਆਂ। ਇਸ ਦੇ ਨਾਲ ਹੀ ਜਿਸ ਜਿਸ ਇਲਾਕੇ ਦੀ ਜੋ ਵਸਤੂ ਮਸ਼ਹੂਰ ਸੀ, ਕਿਸੇ ਜਗ੍ਹਾ ਦੇ ਕੱਪੜੇ ਮਸ਼ਹੂਰ, ਕਿਸੇ ਜਗ੍ਹਾ ਦੇ ਹੀਰੇ ਜਵਾਹਰਾਤ ਮਸ਼ਹੂਰ, ਕਿਸੇ ਜਗ੍ਹਾ ਦੇ ਸ਼ਸਤਰ ਮਸ਼ਹੂਰ, ਸੋ ਜਿਹੜੀਆਂ ਚੰਗੀਆਂ ਉੱਤਮ ਕਿਸਮ ਦੀਆਂ ਵਸਤੂਆਂ ਗੁਰੂ ਕੀਆਂ ਸੰਗਤਾਂ ਨੇ ਗੁਰੂ ਕੇ ਖਜ਼ਾਨਿਆਂ ਵਿੱਚ ਭੇਟ ਕੀਤੀਆਂ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਨੇ ਇੱਕ ਹੋਰ ਹੁਕਮਨਾਮਾ ਵਿਸ਼ੇਸ਼ ਤੌਰ 'ਤੇ ਜਗਨਨਾਥਪੁਰੀ ਦੇ ਮੰਦਰ ਵਾਸਤੇ ਕੱਢਿਆ ਕਿ ਜਗਨਨਾਥਪੁਰੀ ਦੇ ਮੰਦਰ ਵਿੱਚੋਂ ਵੀ ਗੁਰੂ ਘਰ ਵਿਖੇ ਸੋਨਾ ਭੇਟ ਆਉਣਾ ਚਾਹੀਦਾ ਹੈ। ਗੁਰੂ ਕਾ ਮੇਵੜਾ ਅਰਦਾਸੀਆ ਸਿੱਖ ਹੁਕਮਨਾਮਾ ਲੈ ਕੇ ਪਹੁੰਚਿਆ, ਪੰਡਿਤਾਂ ਨੇ ਮਨ੍ਹਾ ਕਰ ਦਿੱਤਾ, ਕਹਿੰਦੇ ਅਸੀਂ ਭਗਵਾਨ ਵਿਸ਼ਨੂੰ ਤੋਂ ਬਿਨਾਂ ਜਗਨਨਾਥ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ। ਰਾਤਰੀ ਦੇ ਸਮੇਂ ਗੁਰੂ ਕਾ ਸਿੱਖ ਉੱਥੇ ਹੀ ਜਗਨਨਾਥਪੁਰੀ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਮੰਗੂ ਮੱਠ ਵਾਲੀ ਜਗ੍ਹਾ ਦੇ ਉੱਤੇ ਵਿਰਾਜਮਾਨ ਹੋ ਗਿਆ, ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਰਤੀ ਵਾਲਾ ਸ਼ਬਦ ਉਚਾਰਨ ਕੀਤਾ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਸੋ ਰਾਤਰੀ ਸਮੇਂ ਵਿਸ਼ਰਾਮ ਕਰਦਿਆਂ ਮਨ ਦੇ ਵਿੱਚ ਇਹ ਭਾਵਨਾ ਬਣੀ ਗੁਰੂ ਕੇ ਸਿੱਖ ਦੇ ਕਿ ਇਹ ਗੁਰੂ ਕਾ ਕਾਰਜ ਹੈ, ਮੈਨੂੰ ਇਹਦੇ ਵਾਸਤੇ ਫਿਕਰਮੰਦ ਹੋਣ ਦੀ ਲੋੜ ਨਹੀਂ, ਸਤਿਗੁਰੂ ਸਾਹਿਬ ਜੀ ਆਪ ਹੀ ਆਪਣਾ ਕਾਰਜ ਸਵਾਰ ਲੈਣਗੇ। ਉਸ ਜਗਨਨਾਥਪੁਰੀ ਦਾ ਜਿਹੜਾ ਰਾਜਾ ਸੀ ਬੜਾ ਧਰਮਾਤਮਾ ਸੀ, ਅਤੇ ਜਗਨਨਾਥ ਜੀ ਦਾ ਬੜਾ ਵਿਸ਼ਨੂੰ ਭਗਵਾਨ ਜੀ ਦਾ ਬੜਾ ਸ਼ਰਧਾਲੂ ਸੀ। ਰਾਤ ਨੂੰ ਵਿਸ਼ਨੂੰ ਭਗਵਾਨ ਜੀ ਉਹਦੇ ਸਾਹਮਣੇ ਆਏ, ਆਵਾਜ਼ ਪ੍ਰਗਟ ਹੋਈ ਕਿ ਹੇ ਰਾਜਾ, ਗੁਰੂ ਕਾ ਸਿੱਖ ਇਸ ਤੇਰੇ ਰਾਜ ਦੇ ਵਿੱਚ ਪਹੁੰਚਿਆ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਅਕਾਲ ਪੁਰਖ ਦੀ ਜੋਤ ਹਨ, ਉਹ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਨੂੰ ਉਤਾਰ ਰਹੇ ਹੈ, ਅਤੇ ਉਹ ਕੋਈ ਕੌਤਕ ਵਰਤਾ ਰਹੇ ਹੈ, ਸੋਨੇ ਦੀ ਉਹਨਾਂ ਨੇ ਮੰਗ ਕੀਤੀ ਹੈ, ਅਤੇ ਇਸ ਕਰਕੇ ਸਾਨੂੰ ਹੁਕਮ ਉਹਨਾਂ ਦਾ ਆਇਆ ਕਿ ਜਗਨਨਾਥਪੁਰੀ ਦੇ ਵਿੱਚੋਂ ਵੀ ਜਿਹੜਾ ਖਰਾ ਸੋਨਾ ਹੈ ਉਹ ਵੀ ਗੁਰੂ ਘਰ ਦੇ ਵਿੱਚ ਭੇਟਾ ਕੀਤਾ ਜਾਵੇ, ਅਤੇ ਸਤਿਗੁਰੂ ਸਾਹਿਬ ਜੀ ਦਾ ਹੁਕਮ ਆਪਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ, ਕਿਉਂਕਿ ਉਹ ਲੋਕ ਪਰਲੋਕ ਦੇ ਰਾਖੇ ਹਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹਨ। ਰਾਜੇ ਨੇ ਸਤ ਬਚਨ ਕਿਹਾ, ਸਵੇਰ ਵੇਲੇ ਹੀ ਉੱਠਦਿਆਂ ਹੀ ਉਹਨੇ ਗੁਰੂ ਕੇ ਸਿੱਖ ਨੂੰ ਲੱਭ ਕੇ ਅਤੇ ਬੁਲਾਇਆ, ਅਤੇ ਉਹਨੂੰ 100 ਤੋਲਾ ਖਰਾ
ਜਿਹੜਾ ਸੋਨੇ ਦਾ 100 ਤੋਲਾ ਦੇ ਕੇ ਉੱਥੋਂ ਭੇਜਿਆ, ਗੁਰੂ ਕਾ ਸਿੱਖ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ। ਸਤਿਗੁਰੂ ਸਾਹਿਬ ਜੀ ਨੇ ਜਿੰਨੀਆਂ ਭੇਟਾਵਾਂ ਉਹਦੀਆਂ ਸਾਰੀਆਂ ਖਜ਼ਾਨਿਆਂ ਵਿੱਚ ਜਮ੍ਹਾਂ ਕਰਵਾ ਦਿੱਤੀਆਂ, ਤੋਸ਼ੇ ਖਾਨੇ ਦੇ ਵਿੱਚ ਚੰਗੇ ਚੰਗੇ ਜਰੀਦਾਰ ਵਸਤਰ, ਜਰੀ ਬਾਦਲੇ ਦੇ ਵਸਤਰ, ਮਸਰੂ ਦੇ ਵਸਤਰ, ਇਸੇ ਤਰ੍ਹਾਂ ਹੋਰ ਵੱਖਰੀਆਂ ਵੱਖਰੀਆਂ ਕਿਸਮਾਂ ਦੇ ਢਾਕੇ ਦੀ ਮਲਮਲ, ਖਾਸੇ ਦੀਆਂ ਜਿਹੜੀਆਂ ਚੀਜ਼ਾਂ ਸਨ, ਇਸ ਪ੍ਰਕਾਰ ਜੌਨਪੁਰ ਤੋਂ ਚੰਗੇ ਚੰਗੇ ਅਤਰ ਫਲੇਰ ਜਿਹੜੇ ਗੁਰੂ ਘਰ ਦੀ ਭੇਟਾ ਵਿੱਚ ਆਏ ਉਹ ਵੀ ਰੱਖ ਦਿੱਤੇ ਸਾਂਭ ਕੇ। ਅਤੇ ਸਤਿਗੁਰੂ ਜੀ ਨੇ ਸਭ ਕੁਝ ਸੰਭਾਲ ਕੇ ਮੁੜ ਕੇ ਚਿਤਾਰਿਆ ਨਹੀਂ, ਕਿਉਂਕਿ ਸਤਿਗੁਰੂ ਜੀ ਤਾਂ ਮਾਇਆ ਦਾ ਕੋਈ ਕੌਤਕ ਵਰਤਾ ਕੇ ਦਿਖਾਉਣਾ ਚਾਹੁੰਦੇ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਾਫੀ ਸਮਾਂ ਲੰਘ ਗਿਆ ਤਾਂ ਇੱਕ ਦਿਨ ਗੁਰੂ ਕੇ ਸਿੱਖਾਂ ਨੂੰ ਆਖਿਆ ਕਿ ਖਜ਼ਾਨਚੀ ਸਿੰਘ ਨੂੰ ਕਹੋ ਕਿ ਤੋਸ਼ਾਖਾਨਾ ਖੋਲ੍ਹੇ, ਖਜ਼ਾਨਾ ਖੋਲ੍ਹੇ, ਅਤੇ ਜੋ ਵੀ ਉਹਦੇ ਵਿੱਚ ਹੀਰੇ ਜਵਾਹਰਾਤ, ਸੋਨਾ ਚਾਂਦੀ ਇਤਿਆਦਕ ਹੈ ਉਹ ਸਾਰਾ ਬਾਹਰ ਕੱਢ ਕੇ ਗੁਰੂ ਕੀਆਂ ਸੰਗਤਾਂ ਪੰਡਾਂ ਭਰ ਭਰ ਕੇ ਲਿਆ ਕੇ ਇੱਥੇ ਮੇਰੇ ਅੱਗੇ ਰੱਖੀ ਜਾਣ। ਅਤੇ ਇਸੇ ਤਰ੍ਹਾਂ ਜਿੰਨੇ ਵਸਤਰਾਂ ਦੇ ਥਾਨ ਹਨ, ਮਹਿੰਗੇ ਮਹਿੰਗੇ ਜਰੀਦਾਰ ਵਸਤਰ, ਸੋਨੇ ਚਾਂਦੀ ਦੀਆਂ ਤਾਰਾਂ ਦੇ ਨਾਲ ਬੁਣੇ ਹੋਏ, ਚੰਗੇ ਕੁਸ਼ਲ ਕਾਰੀਗਰਾਂ ਨੇ ਜਿਹੜੇ ਬੜੀ ਮਿਹਨਤ ਦੇ ਨਾਲ ਤਿਆਰ ਕੀਤੇ ਹੈ, ਉਹ ਸਤਿਗੁਰੂ ਸਾਹਿਬ ਜੀ ਨੇ ਮੰਗਾ ਕੇ ਸਾਰੇ ਅੱਗੇ ਰੱਖ ਲਏ। ਫਿਰ ਆਖਿਆ ਭਾਈ ਸਾਰਾ ਅਤਰ ਫਲੇਲ ਵੀ ਜਿਹੜਾ ਜੌਨਪੁਰ ਤੋਂ ਆਇਆ ਉਹ ਲੈ ਆਓ, ਸਾਰਾ ਇਹਨਾਂ ਵਸਤਰਾਂ ਦੇ ਉੱਤੇ ਛਿੜਕ ਦਿਓ। ਜਦੋਂ ਇਹਨਾਂ ਵਸਤਰਾਂ ਦੇ ਉੱਤੇ ਛਿੜਕ ਦਿੱਤਾ ਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਡਾ ਲਾ ਦਿਓ, ਹੁਣ ਇਹਨਾਂ ਨੂੰ ਅਗਨ ਭੇਟ ਕਰ ਦਿਓ। ਸਤਿਗੁਰਾਂ ਦਾ ਹੁਕਮ ਮੰਨ ਕੇ ਸਿੱਖਾਂ ਨੇ ਅਗਨ ਭੇਟ ਕਰ ਦਿੱਤੇ। ਅਗਨ ਭੇਟ ਹੋਏ ਤਾਂ ਉਹਦੇ ਵਿੱਚ ਜਿਹੜਾ ਰੇਸ਼ਮੀ ਕੱਪੜਿਆਂ ਦੇ ਉੱਤੇ ਸੋਨੇ ਚਾਂਦੀ ਦੀਆਂ ਤਾਰਾਂ ਲੱਗੀਆਂ ਹੋਈਆਂ ਸਨ, ਫੁੱਲ ਬੂਟੀਆਂ ਪਾਏ ਹੋਏ ਸਨ, ਚਾਂਦੀ ਅਤੇ ਸੋਨੇ ਦੇ ਢੇਰ ਲੱਗ ਗਏ, ਸਵਾਹ ਭਸਮ ਰਾਖ ਇੱਕ ਸਾਈਡ 'ਤੇ ਕਰ ਦਿੱਤੀ ਗਈ, ਅਤੇ ਉਹ ਜਿਹੜਾ ਸੋਨਾ ਚਾਂਦੀ ਸੀ ਉਹਦੀਆਂ ਵੀ ਪੰਡਾਂ ਬੰਨ੍ਹ ਲਈਆਂ ਗਈਆਂ। ਸਤਿਗੁਰੂ ਸਾਹਿਬ ਜੀ ਉੱਠ ਕੇ ਸਤਲੁਜ ਨਦੀ ਦੇ ਕਿਨਾਰੇ 'ਤੇ ਚਲੇ ਗਏ। ਸਤਲੁਜ ਦਰਿਆ 'ਤੇ ਜਾ ਕੇ ਪਹੁੰਚ ਕੇ ਜਿੱਥੇ ਹੱਥ ਹੱਥ ਕੋ ਭਰ ਪਾਣੀ ਸੀ ਕਿਨਾਰੇ ਉੱਤੇ, ਸਤਿਗੁਰੂ ਜੀ ਕਹਿੰਦੇ ਇੱਥੇ ਆਸਣ ਲਾ ਦਿਓ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦਾ ਪਲੰਘਾ ਉੱਥੇ ਡਾਹ ਦਿੱਤਾ, ਅਤੇ ਫਿਰ ਆਖਿਆ ਭਾਈ ਜਿਹੜੀਆਂ ਪੰਡਾਂ ਸੋਨੇ ਚਾਂਦੀ ਦੀਆਂ ਬੰਨ੍ਹ ਕੇ ਰੱਖੀਆਂ ਉਹ ਵਾਰੋ ਵਾਰੀ ਸਿੱਖ ਸਾਰੇ ਚੁੱਕ ਕੇ ਲੈ ਆਓ, ਅਤੇ ਥੋੜ੍ਹੇ ਸਿੱਖ ਨਹੀਂ ਲੱਗਣੇ ਚਾਹੀਦੇ, ਸਾਰੀ ਸੰਗਤ ਲੱਗ ਜਾਓ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਇਹ ਡਿਊਟੀ ਸੌਂਪ ਦਿੱਤੀ, ਜ਼ਿੰਮੇਵਾਰੀ ਸੌਂਪ ਦਿੱਤੀ। ਅਤੇ ਨਾਲ ਹੀ ਜਦੋਂ ਇਹ ਸਭ ਕੁਝ ਆ ਗਿਆ, ਸਤਿਗੁਰਾਂ ਨੇ ਆਖਿਆ ਕਿ ਹੀਰੇ ਜਵਾਹਰਾਤਾਂ ਵਾਲਾ ਜਿਹੜਾ ਖਜ਼ਾਨਾ ਉਹ ਵੀ ਖੋਲ੍ਹਿਆ ਜਾਵੇ। ਸਤਿਗੁਰੂ ਨੇ ਉਹ ਵੀ ਮੰਗਾ ਲਏ, ਅਤੇ ਫਿਰ ਉਸ ਤੋਂ ਬਾਅਦ ਹੁਕਮ ਕੀਤਾ ਕਿ ਜਿਹੜੇ ਚੰਗੇ ਚੰਗੇ ਸ਼ਸਤਰ ਹਨ ਗੁਰੂ ਘਰ ਦੇ ਵਿੱਚ, ਹੀਰੇ ਜਵਾਹਰਾਤਾਂ ਦੇ ਨਾਲ ਜਿਨ੍ਹਾਂ ਦੇ ਮੁੱਠੇ ਜੜੇ ਹੋਏ ਹੈ, ਉਹ ਸਾਰੇ ਸ਼ਸਤਰ ਵੀ ਕੱਢ ਲਿਆਓ। ਸੋ ਸ਼ਸਤਰ ਵਸਤਰ ਧਨ ਮਾਇਆ ਹੀਰੇ ਜਵਾਹਰਾਤ ਸੋਨਾ ਚਾਂਦੀ ਸਭ ਕੁਝ ਸਤਿਗੁਰਾਂ ਨੇ ਸਤਲੁਜ ਦਰਿਆ ਦੇ ਉੱਤੇ ਮੰਗਾ ਕੇ ਸਤਲੁਜ ਦਰਿਆ ਦੇ ਵਿੱਚ ਇੱਕ ਡੂੰਘਾ ਟੋਆ ਪਟਾਇਆ, ਅਤੇ ਸਭ ਕੁਝ ਉਹਦੇ ਵਿੱਚ ਅਰਪਣ ਕਰ ਦਿੱਤਾ, ਉਹਦੇ ਟੋਏ ਦੇ ਵਿੱਚ ਸੁਟਵਾ ਦਿੱਤਾ। ਅਤੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੇ ਜਦੋਂ ਇਹ ਸਾਰਾ ਖਜ਼ਾਨਾ ਸਤਲੁਜ ਨਦੀ ਦੀ ਭੇਟਾ ਕਰ ਦਿੱਤਾ, ਉਹਦੇ ਵਿੱਚ ਸੁਟਾ ਦਿੱਤਾ, ਅਤੇ ਪਹਾੜੀ ਰਾਜਿਆਂ ਦੇ ਜਿਹੜੇ ਸੂਹੀਏ ਮੁਖਬਰ ਸਨ ਉਹਨਾਂ ਨੇ ਵੇਖਿਆ ਇਹ ਸਾਰਾ ਦ੍ਰਿਸ਼, ਅਤੇ ਉਹਨਾਂ ਨੇ ਮੁਖਬਰੀ ਇਹ ਲਿਖ ਕੇ ਭੇਜ ਦਿੱਤੀ ਕਿ ਸਤਿਗੁਰੂ ਸਾਹਿਬ ਜੀ ਨੇ ਕੋਈ ਵੀ ਚੀਜ਼ ਗੁਰੂ ਘਰ ਵਿੱਚ ਨਹੀਂ ਰੱਖੀ, ਜਿੰਨਾ ਕੀਮਤੀ ਮਾਲ ਅਸਬਾਬ ਸੀ, ਸੋਨਾ ਚਾਂਦੀ ਹੀਰੇ ਜਵਾਹਰਾਤ, ਉਹ ਸਭ ਕੁਝ ਚੰਗੇ ਚੰਗੇ ਸ਼ਸਤਰ ਇਹ ਸਤਲੁਜ ਦੇ ਵਿੱਚ ਟੋਆ ਪੁੱਟ ਕੇ ਅਤੇ ਉਹਦੇ ਵਿੱਚ ਦਬਾ ਦਿੱਤੇ ਹਨ। ਅਤੇ ਜਿਸ ਵੇਲੇ ਹੁਣ ਗੁਰੂ ਪਿਆਰਿਓ ਇਹ ਖਬਰ ਉਹਨਾਂ ਪਹਾੜੀ ਰਾਜਿਆਂ ਤੱਕ ਪਹੁੰਚੀ, ਅਤੇ ਸਾਧ ਸੰਗਤ ਜੀ ਪਹੁੰਚਣ ਤੋਂ ਬਾਅਦ ਇੱਥੇ ਕਵੀ ਜੀ ਲਿਖਦੇ ਹੈ ਕਿ ਸੁਣ ਕੇ ਸਰਾਉਣ ਮੂੜ ਲਲਚਾਨੇ, ਉਹ ਜਿਹੜੇ ਮੂਰਖ ਸਨ ਪਹਾੜੀ ਰਾਜੇ, ਜਦੋਂ ਉਹਨਾਂ ਨੇ ਇਹ ਖਬਰ ਸੁਣੀ ਕਿ ਸਤਿਗੁਰਾਂ ਦਾ ਕੀਮਤੀ ਖਜ਼ਾਨਾ ਸਾਰਾ ਸਤਲੁਜ ਵਿੱਚ ਪਿਆ, ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ। ਹਾਂ, ਜਦੋਂ ਤਿਮਰ ਹੋਇਆ, ਹਨੇਰਾ ਹੋਇਆ, ਰਾਤ ਹੋਈ, ਤਾਂ ਉਸ ਵੇਲੇ ਉਸ ਜਗ੍ਹਾ 'ਤੇ ਸਤਲੁਜ ਦੇ ਕੰਢੇ ਆ ਗਏ। ਹਾਂ, ਜਿਹੜਾ ਬੰਦਾ CID ਵਾਲਾ ਸੂਈਆ ਉੱਥੇ ਦੇਖ ਕੇ ਗਿਆ ਸੀ ਨਾ, ਉਹਨੇ ਫਿਰ ਜਗ੍ਹਾ ਦੀ ਪਛਾਣ ਕੀਤੀ, ਉਹਨਾਂ ਨੂੰ ਦੱਸ ਦਿੱਤਾ ਕਿ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਨੇ ਖਜ਼ਾਨਾ ਸੁਟਵਾਇਆ ਹੈ। ਹਾਂ, ਕਹਿੰਦੇ ਜਿੰਨਾ ਕੋਸ਼ ਹੈ, ਜਿੰਨਾ ਖਜ਼ਾਨਾ ਸਮੁਦਾਈ ਸਾਰਾ
ਸਤਿਗੁਰ ਸੱਚੇ ਪਾਤਸ਼ਾਹ ਨੇ ਸਤਲੁਜ ਦਰਿਆ ਵਿੱਚ ਆਹ ਜਗ੍ਹਾ ਦੇ ਉੱਤੇ ਰਖਾਇਆ ਹੈ। ਸਨੱਦ ਬੱਧ ਕਰ ਠੰਡੇ, ਹਾਂ ਜਿਹੜੇ ਸੁਭੱਟ ਸਨ, ਸੂਰਮੇ ਸਨ, ਉਹ ਸਨੱਦ ਬੱਧ ਹੋ ਕੇ ਭਾਵ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਹੋ ਗਏ ਤੇ ਇਹਨਾਂ ਪਹਾੜੀਆਂ ਦੀ ਫੌਜਾਂ ਦੇ ਜਿਹੜੇ ਇਹ ਸੂਰਮੇ ਸਨ ਤੇ ਪੁਰੀ ਵਾਲੇ ਪਾਸੇ ਅਨੰਦਪੁਰ ਸਾਹਿਬ ਵਾਲੀ ਸਾਈਡ ਦੇ ਉੱਤੇ ਵੀ ਤਿਆਰ ਬਰ ਤਿਆਰ ਹੋ ਕੇ ਲੜਨ ਦੇ ਵਾਸਤੇ ਐਂ ਡਟ ਕੇ ਖੜੇ ਹੋ ਗਏ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਹਾੜੀ ਰਾਜਿਆਂ ਦੇ ਫੌਜੀ ਆ ਜਿਹੜੇ ਸਿਪਾਹੀ ਹੈ ਉਹ ਦਰਿਆ ਦੇ ਵਿੱਚ ਖੋਜਣ ਲੱਗ ਪਏ ਵੀ ਖਜ਼ਾਨਾ ਕਿੱਥੇ ਕੁ ਹੈ। ਪਰ ਮੂਰਖ ਇਹ ਜਾਣ ਨਹੀਂ ਪਾਏ, ਉਹਨਾਂ ਨੂੰ ਲੱਭਿਆ ਨਹੀਂ ਕਿ ਖਜ਼ਾਨਾ ਹੈ ਕਿਹੜੀ ਜਗ੍ਹਾ। ਹਾਂ ਸਾਰੀ ਰਾਤ ਇਸ ਪ੍ਰਕਾਰ ਉਹ ਖੋਜਦੇ ਰਹੇ, ਲੱਭਦੇ ਰਹੇ। ਨਦੀ ਵਿੱਚ, ਸਤਲੁਜ ਦਰਿਆ ਵਿੱਚ ਜਿਹਨੇ ਜਿੱਥੇ ਜਿੱਥੇ ਦੱਸਿਆ ਵੀ ਇੱਥੇ ਜੇ ਸਤਿਗੁਰਾਂ ਨੇ ਸਾਰਾ ਖਜ਼ਾਨਾ ਭੇਟਾ ਕਰਵਾ ਦਿੱਤਾ, ਸਿੱਖਾਂ ਤੋਂ ਸੁਟਵਾ ਦਿੱਤਾ, ਤੇ ਉਸ ਸਾਰੀ ਜਗ੍ਹਾ ਦੇ ਉੱਤੇ ਖੋਜਦੇ ਰਹੇ ਰਾਤ ਭਰ। ਹਾਂ ਕਹਿੰਦੇ ਇੱਥੇ ਆਹ ਜਗ੍ਹਾ ਦੇ ਉੱਤੇ ਸਤਿਗੁਰੂ ਸਾਹਿਬ ਜੀ ਸਾਰਾ ਦਿਨ ਬੈਠੇ ਰਹੇ ਸਨ। ਜਿੱਥੇ ਸਤਿਗੁਰੂ ਸਾਹਿਬ ਜੀ ਦਾ ਪਲੰਘਾ ਸੀ, ਆਸਣ ਸੀ, ਉਸ ਤੋਂ ਥੋੜ੍ਹਾ ਜਿਹਾ ਅੱਗੇ ਕਹਿੰਦੇ ਟੋਆ ਪੁੱਟਿਆ ਹੋਇਆ ਸੀ, ਇੱਕ ਡੂੰਘਾ ਖਾਤਾ, ਤੇ ਉਹਦੇ ਵਿੱਚ ਸਾਰਾ ਧਨ ਡਾਰ ਦਿੱਤਾ, ਰੱਖ ਦਿੱਤਾ। ਹਾਂ ਰਾਤ ਦੇ ਹਨੇਰੇ ਵਿੱਚ ਇਹਨਾਂ ਨੇ ਮਸ਼ਾਲਾਂ ਬਾਲੀਆਂ ਹੋਈਆਂ ਚਾਨਣ ਕਰਨ ਵਾਸਤੇ, ਮਸ਼ਾਲਾਂ ਬਾਲ ਕੇ ਤੇ ਖੋਜਦੇ ਜਾ ਰਹੇ ਆ, ਲੱਭ ਰਹੇ ਹਨ। ਹਾਂ ਤੇ ਪਾਣੀ ਦੇ ਵਿੱਚ ਵੜ ਕੇ ਨਾ ਤੇ ਉਹ ਵਿੱਚੋਂ ਵੀ ਧਰਤੀ ਪੁੱਟਦੇ ਆ, ਦਰਿਆ ਦੇ ਵਿੱਚੋਂ ਵੀ ਮਿੱਟੀ ਪੁੱਟ ਪੁੱਟ ਕੇ ਵੇਖਦੇ ਹਨ। ਜਦੋਂ ਰਾਤ ਸਾਰੀ ਇਸ ਤਰ੍ਹਾਂ ਇਹਨਾਂ ਨੂੰ ਲੱਭਦਿਆਂ ਲਭਾਉਂਦਿਆਂ ਬਤੀਤ ਹੋ ਗਈ, ਹੱਥ ਕੁਝ ਨਾ ਲੱਗਿਆ, ਤਾਂ ਪ੍ਰਾਤ ਹੁੰਦਿਆਂ ਸਵੇਰ ਦਾ ਵੇਲਾ ਹੁੰਦਿਆਂ ਉੱਠ ਕੇ ਵਾਪਸ ਚਲੇ ਗਏ। ਹਿਰਦੇ ਦੇ ਵਿੱਚ ਬਹੁਤ ਝੂਰਦੇ ਆ ਜਿਵੇਂ ਇਹ ਲੁੱਟੇ ਗਏ ਹੋਣ, ਜਿਵੇਂ ਇਹਨਾਂ ਦਾ ਕੁਝ ਗਵਾਚ ਗਿਆ ਹੋਵੇ, ਕਿਉਂਕਿ ਲੱਭਣ ਵਾਸਤੇ ਖਜ਼ਾਨਾ ਆਏ ਸਨ ਉਹ ਮਿਲਿਆ ਨਹੀਂ, ਅਤੇ ਆਪਣੇ ਨੂੰ ਲੁੱਟੇ ਖਸੁੱਟੇ ਜੇ ਨਿੰਮੋ ਝੂਣੇ ਜੇ ਹੋ ਕੇ ਇਹ ਵਾਪਸ ਚਲੇ ਗਏ। ਹਾਂ ਜਦੋਂ ਦਿਨ ਚੜਿਆ ਉਸ ਵੇਲੇ ਗੁਰੂ ਕੇ ਸਿੱਖ ਇਸ ਜਗ੍ਹਾ ਦੇ ਉੱਤੇ ਫਿਰ ਦੇਖਣ ਵਾਸਤੇ ਆਏ। ਆ ਕੇ ਕੀ ਵੇਖਿਆ ਕਿ ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਮਿੱਟੀ ਪੁੱਟੀ ਹੋਈ ਹੈ, ਟੋਏ ਪੁੱਟੇ ਹਨ। ਹਾਂ ਤੇ ਸੈਂਕੜੇ ਮਨੁੱਖਨ ਕੇਰਾ, ਸੈਂਕੜੇ ਮਨੁੱਖਾਂ ਦਾ ਜਿਹੜਾ ਖੁਰਾ ਖੋਜ ਭਾਵ ਉਹਨਾਂ ਦੀ ਪੈੜ ਉੱਥੇ ਗੁਰੂ ਕੇ ਸਿੱਖਾਂ ਨੇ ਦੇਖੀ। ਹਾਂ ਸੋ ਇਹਨਾਂ ਨੇ ਸਭ ਕੁਝ ਦੇਖਿਆ ਕਿ ਇੱਧਰ ਉੱਧਰ ਬਹੁਤ ਸਾਰੇ ਲੋਕ ਇੱਥੇ ਆ ਕੇ ਵਿਚਰਿਆ, ਸਿੱਖਾਂ ਨੇ ਵੀ ਇੱਧਰ ਉੱਧਰ ਤੁਰ ਫਿਰ ਕੇ ਵੇਖਿਆ। ਇਸ ਪ੍ਰਕਾਰ ਉੱਥੋਂ ਦਾ ਸਾਰਾ ਵਾਕੂਆ ਵੇਖ ਕੇ, ਸਾਰਾ ਦ੍ਰਿਸ਼ ਵੇਖ ਕੇ ਸਤਿਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਸਿੱਖ ਗਏ ਤੇ ਸਤਿਗੁਰਾਂ ਦੇ ਜਾ ਕੋਲ ਜਾ ਕੇ ਇਸ ਤਦਰਵ ਸਤਲੁਜ ਦਰਿਆ ਜਿਹੜਾ ਇਹਦੇ ਤੱਟ ਦੀ, ਇਹਦੇ ਕਿਨਾਰੇ ਦੀ ਜਿਹੜੀ ਗੱਲਬਾਤ ਸੀ, ਸਾਰਾ ਕੁਝ ਸੀਨ ਦੇਖ ਕੇ ਆਏ ਸਨ, ਦ੍ਰਿਸ਼ ਸਤਿਗੁਰੂ ਜੀ ਦੇ ਸਾਹਮਣੇ ਪ੍ਰਕਾਸ਼ ਕੀਤਾ, ਜ਼ਾਹਰਾ ਤੌਰ ਦੇ ਉੱਤੇ ਦੱਸਿਆ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਜਗ੍ਹਾ ਦੇ ਉੱਤੇ ਕੱਲ੍ਹ ਆਪ ਜੀ ਨੇ ਖਜ਼ਾਨਾ ਸੁਟਵਾਇਆ ਨਾ, ਉਸ ਜਗ੍ਹਾ ਦੇ ਉੱਤੇ ਕਹਿੰਦੇ ਹੋਰ ਦੂਰ ਦੂਰ ਤੱਕ ਬਹੁਤ ਸਾਰੀ ਥਾਂ ਖਣੀ ਹੋਈ ਹੈ, ਪੁੱਟੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਘਣੀਆਂ ਬਹੁਤ ਸਾਰੀਆਂ ਪੈੜਾਂ ਅਸੀਂ ਉੱਥੇ ਲੋਕਾਂ ਦੀਆਂ ਵੇਖੀਆਂ ਹਨ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਕੇ ਸਿੱਖਾਂ ਤੋਂ ਇਹ ਬਚਨ ਸੁਣ ਕੇ ਸੁਭਾਏ ਮਾਨ ਮੁਖਾਰ ਬਿੰਦ ਤੋਂ ਬਚਨ ਕੀਤਾ।
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਹਾੜੀਏ ਬੰਦੇ ਆ ਨਾ, ਕਹਿੰਦੇ ਇਹਨਾਂ ਨੂੰ ਅਕਲ ਉਕਲ ਕੋਈ ਹੈ ਨੀ, ਐਵੇਂ ਅਣਜਾਣ ਬੰਦੇ ਹਨ। ਹਾਂ, ਜਿੰਨੀ ਮਾਇਆ ਮਾਲ ਅਸਬਾਬ ਧਨ ਪਦਾਰਥ ਜੋ ਜਿੰਨੀ ਵੀ ਪੂੰਜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਕਹਿੰਦੇ ਉਸ ਤਦਰਵ ਨੂੰ ਆਪ ਸੌਂਪ ਕੇ ਆਏ ਹਾਂ ਸਤਲੁਜ ਦਰਿਆ ਨੂੰ। ਹਾਂ, ਅਸੀਂ ਤਾਂ ਕਹਿੰਦੇ ਆਪਣੀ ਧਰੋਹਰ ਆਪਣੀ ਅਮਾਨਤ ਜਿਹੜੀ ਆ ਨਾ ਉਹ ਸਤਲੁਜ ਦਰਿਆ ਨੂੰ ਇਹ ਸਾਂਭਣ ਵਾਸਤੇ ਸੰਭਾਲਣ ਵਾਸਤੇ ਅਮਾਨਤ ਰੱਖੀ ਹੈ ਉੱਥੇ। ਹਾਂ, ਤੇ ਕਹਿੰਦੇ ਇਹ ਜਿਹੜੀ ਸਾਡੀ ਅਮਾਨਤ ਆ ਨਾ ਇਹ ਸਤਲੁਜ ਦਰਿਆ ਦੇ ਕੋਲ ਇਸੇ ਪ੍ਰਕਾਰ ਚਿਰੰਕਾਲ ਬਹੁਤ ਸਮਾਂ ਰਹੇਗੀ। ਹਾਂ, ਜਦੋਂ ਸਾਡੇ ਪੰਥ ਦਾ ਤੇਜ ਪ੍ਰਤਾਪ ਵਧੇਗਾ, ਭਾਰੀ ਪੰਥ ਪ੍ਰਗਟ ਹੋਵੇਗਾ ਦੁਨੀਆਂ ਵਿੱਚ। ਹਾਂ, ਤੇ ਉਦਾਰ ਜਿਹੜੇ ਸ੍ਰੇਸ਼ਟ ਗੁਰੂ ਕੇ ਸਿੰਘ ਹੈ, ਗੁਰੂ ਕਾ ਖਾਲਸਾ ਪੰਥ ਹੈ, ਜਦੋਂ ਇਹ ਪ੍ਰਿਥਵੀ ਦਾ ਰਾਜ ਪ੍ਰਾਪਤ ਕਰ ਲਵੇਗਾ, ਉਸ ਵੇਲੇ ਕਹਿੰਦੇ ਖਾਲਸੇ ਪੰਥ ਦੇ ਵਿੱਚ ਤੇਜ ਪ੍ਰਤਾਪ ਵਾਲੇ ਸਿੰਘ ਜਨਮ ਲੈਣਗੇ, ਭਾਰੀ ਜਿਨ੍ਹਾਂ ਦਾ ਤੇਜ ਪ੍ਰਤਾਪ ਹੋਵੇਗਾ ਔਰ ਭਾਰੀ ਬਲ ਵਾਲੇ ਹੋਣਗੇ। ਹਾਂ, ਉਹ ਮੇਰਾ ਖਾਲਸਾ ਮਹਾਂ ਤੇਜਸਵੀ ਹੋਵੇਗਾ, ਬਹੁਤ ਤੇਜ ਪ੍ਰਤਾਪ ਵਾਲਾ ਹੋਵੇਗਾ। ਔਰ ਰਿਪਨ ਪ੍ਰਹਾਰੀ, ਰਿਪ ਨਾਮ ਹੈ ਦੁਸ਼ਮਣਾਂ ਦਾ, ਰਿਪਨ ਬਹੁ ਵਚਨ, ਕਹਿੰਦੇ ਵੈਰੀਆਂ ਦਾ ਪ੍ਰਹਾਰ ਕਰਨ ਵਾਲੇ ਗੁਰੂ ਕੇ ਸਿੰਘ ਪੈਦਾ ਹੋਣਗੇ। ਕਹਿੰਦੇ ਉਹ ਜਿਹੜਾ ਮੇਰਾ ਖਾਲਸਾ ਪੈਦਾ ਹੋਵੇਗਾ ਨਾ ਇਸਦੇ ਤੇਜ ਪ੍ਰਤਾਪ ਵਾਲਾ ਗੁਰੂ ਕਾ ਸੰਤ ਸਿਪਾਹੀ, ਕਹਿੰਦੇ ਉਹਦੇ ਵਾਸਤੇ ਅਸੀਂ ਇਹ ਅਮਾਨਤ ਸਤਲੁਜ ਵਿੱਚ ਰੱਖੀ ਹੈ। ਹਾਂ, ਕਹਿੰਦੇ ਇਸ ਧਨ ਦੀ, ਇਸ ਖਜ਼ਾਨੇ ਦੀ ਅਭਿਲਾਖਾ ਲੈ ਕੇ, ਚਾਹਨਾ ਲੈ ਕੇ ਉਹ ਇਸ ਜਗ੍ਹਾ ਦੇ ਉੱਤੇ ਆਵੇਗਾ। ਤੇ ਜਿਹੜੀ ਇਹ ਗੁਰੂ ਕੀ ਸੰਗਤ ਦੀ, ਗੁਰੂ ਕੇ ਖਾਲਸੇ ਦੀ ਅਮਾਨਤ ਆ ਨਾ ਉਹ ਸਤਲੁਜ ਦਰਿਆ ਦੇ ਕੋਲੋਂ ਆ ਕੇ ਵਾਪਸ ਲੈ ਲਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਹੁੰਚੇਗਾ ਜਦੋਂ ਉਹ ਸਹੀ ਸਮਾਂ ਬਣ ਜਾਵੇਗਾ। ਸਤਿਗੁਰੂ ਜੀ ਕਹਿੰਦੇ ਪਹਾੜੀਏ ਜ਼ੋਰ ਲਾ ਲੈਣ, ਤੁਰਕੜੇ ਜ਼ੋਰ ਲਾ ਲੈਣ, ਕੋਈ ਜ਼ੋਰ ਲਾ ਲੇ, ਕਹਿੰਦੇ ਗੁਰੂ ਕੇ ਖਾਲਸੇ ਨੂੰ ਮਿਲਣੀ ਆ ਜਿਹੜਾ ਅਧਿਕਾਰੀ ਆ ਜਿਹਦੇ ਵਾਸਤੇ ਇਹ ਅਮਾਨਤ ਅਸੀਂ ਰੱਖੀ ਹੈ, ਕਹਿੰਦੇ ਹੋਰ ਕਿਸੇ ਦੇ ਹੱਥ ਨਹੀਂ ਆਵੇਗੀ। ਕਹਿੰਦੇ ਭਾਵੇਂ ਕੋਈ ਜਿੰਨੇ ਮਰਜ਼ੀ ਯਤਨ ਕਰ ਲੇ, ਕੋਸ਼ਿਸ਼ਾਂ ਕਰ ਲਵੇ, ਕਹਿੰਦੇ ਜਿੰਨਾ ਧਨ ਜਿੰਨੀ ਮਾਇਆ ਨਾ ਇਹ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਸਲਤਾ ਦੇ ਵਿੱਚ, ਦਰਿਆ ਦੇ ਵਿੱਚ, ਨਦੀ ਦੇ ਵਿੱਚ ਸੁਟਵਾ ਦਿੱਤੀ ਹੈ। ਗੁਰੂ ਕੇ ਸਿੱਖ ਵਿਚਾਰ ਕਰਦੇ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਸੋਨੇ ਦੀਆਂ ਪੰਡਾਂ, ਜਿੰਨੀਆਂ ਚਾਂਦੀ ਦੀਆਂ ਪੰਡਾਂ, ਹੀਰੇ ਜਵਾਹਰਾਤਾਂ ਦੀਆਂ ਥੈਲੀਆਂ, ਅਤੇ ਇਸੇ ਤਰ੍ਹਾਂ ਪਾਤਸ਼ਾਹੀ ਜਿਹੜੇ ਸਿੱਕੇ ਹੈ, ਮੋਹਰਾਂ ਨੇ, ਔਰ ਇਸੇ ਪ੍ਰਕਾਰ ਹੋਰ ਚੰਗੇ ਚੰਗੇ ਸ਼ਸਤਰ ਇਤਿਆਦਕ, ਜਿੰਨਾ ਖਜ਼ਾਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਦੀ ਵਿੱਚ ਸੁਟਵਾ ਦਿੱਤਾ ਹੈ, ਗੁਰੂ ਕੇ ਸਿੱਖਾਂ ਨੇ ਕੁਛ ਗਿਣਿਆ ਨਹੀਂ, ਕੁਛ ਇਹਦੀ ਗਿਣਤੀ ਮਿਣਤੀ ਨਹੀਂ ਕੀਤੀ, ਪਰ ਵਿਚਾਰ ਕਰਦੇ ਹੈ ਕਿ ਇਹ ਕਿੰਨਾ ਕੁ ਹੋ ਸਕਦਾ ਹੈ। ਇਹਨਾਂ ਨੇ ਮੋਟਾ ਮੋਟਾ ਜਿਹਾ ਹਿਸਾਬ ਲਾਇਆ, ਕਹਿੰਦੇ 9 ਕਰੋੜ ਤਾਂ ਨਗਦ ਹੀ ਹੋਵੇਗਾ ਇਹਦੇ ਵਿੱਚ। ਹਾਂ, ਕਹਿੰਦੇ ਜਿਹੜੀਆਂ ਵਸਤੂਆਂ ਨੇ ਨਾ, ਜਿਹੜੀਆਂ ਕੀਮਤੀ ਬੇਸ਼ਕੀਮਤੀ ਵਸਤੂਆਂ, ਉਹਨਾਂ ਦਾ ਤਾਂ ਕਹਿੰਦੇ ਕੁਝ ਮੁੱਲ ਜਾਣਿਆ ਹੀ ਨਹੀਂ ਜਾ ਸਕਦਾ। ਫਿਰ ਗੁਰੂ ਕੇ ਸਿੰਘ ਵਿਚਾਰ ਕਰਦੇ ਹੈ, ਕਹਿੰਦੇ ਵੀ ਜਿੰਨਾ ਸੋਨਾ, ਜਿੰਨਾ ਕੰਚਨ ਸਤਿਗੁਰੂ ਜੀ ਨੇ ਖਰਾ ਸੋਨਾ ਨਦੀ ਵਿੱਚ ਸੁਟਵਾ ਦਿੱਤਾ, ਕਹਿੰਦੇ ਉਹਦੀ ਤਾਂ ਕੋਈ ਗਿਣਤੀ ਨਹੀਂ ਵੀ ਕਿੰਨਾ ਕੁ ਹੈ।
हाँ हीरे जवाहरात जड़े बड़े महान बड़े महंगे मुल वाले है बेशकीमती है उन्हां दा मुल कोई नहीं उन्हां दी कीमत ही कोई नहीं। हाँ कहिंदे जिथे गुरु दा घर है जिथे गुरु आप बिराजदा है गुरु दा टिकाणा है कहिंदे लक्ष्मी तो उत्थे ही रहिंदी है क्योंकि लक्ष्मी इह तां सतगुर दे अधीन आ ना माया तां जिथे गुरु है उत्थे माया दी की कमी है। गुरमुख प्यारिओ गुरु घर जिथे भी अज देख लो धन श्री गुरु ग्रंथ साहिब महाराज का प्रकाश होवे एक बार प्रकाश उत्थे हो जाए तो गुरमुखो गुरु की संगतां किते घाट रहण दिंदियां क्योंकि सतगुरु जी की प्रेरणा दे नाल ओ माया जिहड़ी है गुरु के सिखां नूं आप ही प्रेरित करदी है आप ही उद्दम बख्शदी है उद्दम मत प्रभ अंतरजामी ज्यों प्रेरे त्यों करना। सतगुरु जी आप ही सुमत बख्शदे है उद्दम बख्शदे है सतगुरां दे बख्शे उद्दम सदका ये माया दे प्रेरे हुई संगत तो ये गुरु घर विखे आउंदी है कोई कुछ भेटा कर जांदा कोई कुछ भेटा कर जांदा क्योंकि जिथे माया दा पति श्रीपत है तो उत्थे माया ने तो आनी है जिथे उहदा मालक है माया उत्थे ही आनी है होर कित्थे जाएगी। तो गुरमुखो सफली भी इत्थे आके हुंदी है होर शराबां दे ठेकियां ते ते जां जिथे कुकर्म हुंदे है उत्थे तो यह सफली नहीं हुंदी ना उत्थे तो माया का भी जन्म भ्रष्ट हुंदा सगो उल्टा। सो अपने जन्म नूं सफलियां करन वास्ते ये जिहड़ी माया ना ये भज भज के लक्ष्मी जिहड़ी दौड़ दौड़ के गुरु चरणां विच आउंदी है। सो इत्थे कवि जी कहिंदे है गुरु के सिख आपस विच विचार कर रहे है कि गुरु दा घर है जिथे उत्थे ही लक्ष्मी दा माया दा निवास है। हाँ कहिंदे ओ जिहड़ी माया ओ गुरु घर विच किन्नी क है ओदी तां कोई गिणती कह ही नहीं सकदा। सतगुर के रुचिर बिलास ये तां सतगुरां दे सुंदर कौतक हन कवि जी भाई साहब भाई संतोख सिंह महापुरख चूड़ामण कवि वह कहिंदे ये तां सतगुरां दे सुंदर कौतक हन ते मैं गुरु कियां संगतां दे पढ़न सुनन वास्ते जाहर कर रहा प्रकाश कर रहा सामने प्रतख कर रहा हाँ। हाँ सतगुरु की महिमा सतगुरु के कौतक जेड़े वो तो सतगुरु है ही बेअंत है तू बेअंत को बिरला जाना है वह तो है ही बेअंत है तेरे कवन कवन गुण कह कह गावा तू साहिब गुणी निधाना तुमरी महिमा वारन ना साकाओ तू ठाकुर ऊच भगवाना। गुरु की महिमा किन्नी क गिणा गए आप तो है ही बेअंत अंत तो रहत है सदा बेअंत अंत जिस नाही सदा ही बेअंत हमेशा ही अंत तो रहत है जिदा अंत कोई ओड़क ही नहीं है। तो फिर गुरु के कौतकों की संख्या भाव गिणती कौन करेगा कौन करना चाहेगा चाह के भी नहीं हो सकती। एक बिर देश बदेश ते गण संगत चल आए। सो इस प्रकार इत्थे इस प्रसंग की समाप्ति हुंदी है अगले प्रसंग की शुरुआत हो रही है क्योंकि ये प्रसंग कल अद्धा को रह गया सी उहदी आपां इत्थे संपूर्णता कीती है। सो अगले प्रसंग की आपां प्रारंभता कर रहे हाँ। सो कहिंदे एक दिन देश विदेश तो दूर दुराडे इलाकों तो एक बार कहिंदे बहुत सारी संगत गुरु घर चल के आई आनंदपुर कर दर्शन की चाहे ते जिन्नी संगत सी बहु भारी गिणती दे विच इन्हां ने आके श्री आनंदपुर साहिब विखे टिकाणा कीता उत्थे आके परे रहे उत्थे आके टिक गए जिन्हां दे मन विच सतगुरु सच्चे पातशाह जी दे दर्शनां दी इच्छा है दर्शनां दी चाह है कि सतगुर सच्चे पातशाह दर्शन देख जीवा गुर तेरा पूर्ण कर्म होए प्रभ मेरा यह बेनंती सुन प्रभ मेरे देह नाम कर अपने चेरे दर्शन प्यासी दिन सरात चितवो अनदिन नीत खोल कपट गुर मेलिया। सतगुर सच्चे पातशाह दे चरणा विच गुरु कियां संगतां अरदासां कर दियां सतगुर सच्चे पातशाह सानू दर्शन दारे बख्शो ये इच्छा लैके ये चाहना लैके बहुत सारी गुरु की संगत आनंदपुर साहिब विखे आके टिकी हुई है। चौपाई
करी मेवरे सुध सतगुर को। जदों वेख्या कि बहुत भारी गिणती दे विच गुरु की संगत इत्थे आई हुई है श्री आनंदपुर साहिब विखे, ते जिहड़ा मेवड़ा सिख सी अरदासिया सिख सी गुरु का, उन्हें सतगुरु जी नूं जाके एक खबर दस दित्ती। संगत दर्स मनोरथ पुर को। महाराज सच्चे पातशाह बहुत सारी गुरु की संगत अपने हिरदे दे विच दर्शना दी इच्छा लैके फुरना लैके आप जी दे चरणा विखे हाजर हुई है। महाराज संगत जिहड़ी है ना वह एक जगह दी नहीं, कहिंदे घनी बटोरन बहुत सारी संगत एकत्र होके चल के आई है। महाराज सच्चे पातशाह उन्हां विचों तां कईआं नूं कई दिन हो गए इत्थे पहुंचिआं नूं। उस वेले कलगीधर पातशाह श्री गुरु गोबिंद सिंह साहिब महाराज ने मेवड़े सिख दे पासों बहुत सारे संगत दे आउण दी इह खबर सुन करके वचन उचारण कीता। सतगुर सच्चे पातशाह कहिंदे भाई सारी संगत नूं सवेरे मिलांगे, इस करके सवेर वेले दी कल नूं सारी तैयारी कर लो चंगी तरां। बैठे सभा सुखान पिछारी। हाँ, गुरु की संगत नूं दस दिओ जाके कि आके सभा पिछारी और मझारी पाठ भी आउंदा है, संगत दे विच पिछे जुड़ के बैठ जान जां संगत विच जुड़ के बैठ जान। सतगुर सच्चे पातशाह कहिंदे जिथे किथे भी नर नारी गुरु के माई भाई गुरु की संगत है उन्हां सारिआं नूं सुनेहा दे दिओ। सतगुरु सच्चे पातशाह जी का हुक्म सुन के अगे गुरु कियां संगतां नूं सुनेहा दे दिता, इस प्रकार रात बतीत कीती। सेवक समदाई सवेर वेले सारे जिन्ने सिख सेवक सन सतगुरु जी दे उठे हन। इन्हां ने गुरु कियां संगतां दे विराजण वास्ते बैठण वास्ते गुरदरबार दे विच अनेकां प्रकार दी बहुत सुंदर विछाई कीती। ते इसे तरह सतगुरु सच्चे पातशाह जी दे विराजण वास्ते हेम नाम है सोने दा, प्रियंक नाम है पलंगे दा, सतगुरु सच्चे पातशाह जी दा सोने दा पलंगा लिया के डाह दिता। हाँ, वह पलंगा जी दे लौन जिहड़ी लगी हुई सी ना साइडां दे उत्ते झालर सोने दी लगी हुई सी, वह पलंगा आके डाह दिता। ते आस्तरन के सहित सुहावत बहुत सुंदर सुंदर चादरां वस्त्रां दे नाल ये जड़ा पलंगा शोभा पा रहा है। बंद सुंदर सब पावत ते सुंदर सुंदर सेज बंद जेड़े है बड़ी शोभा पा रहे हैं। इधर सतगुरु कलगीधर सच्चे पातशाह जी भी तैयारा करके आ रहे हैं। सतगुरु जी दे कट कमर दे नाल बहुत सुंदर पत्था ते शमशीर गात्रे वाली सतगुरां ने कमर कसा करके लाई हुई है। कर गए बने शमशीर ते करना मैं हत्थां दा, हत्थां दे विच धन भाव तनुख सतगुरु सच्चे पातशाह जी ने फड़िया होया है, ते इउं लगदा शेर वांगू सज के चंगी तरह सतगुरु आ रहे हन। आके कलगीधर सच्चे पातशाह धन गुरु गोबिंद सिंह साहिब महाराज सरबंसदानी सतगुरु जी सभा दे विच दीवान दे विच गुरदरबार विच आके विराजमान हो गए। इस तरह गुरु के सिंघां दा भारा दीवान लग गया है। उस वेले सतगुर सच्चे पातशाह ने खबर पुछी कि जिहड़ी संगत दर्शन वास्ते आई है दर्शन को आई। जदों सतगुर सच्चे पातशाह जी दे आउण दी खबर संगत ने सुनी, इधर सतगुरां ने भी पुछया ते उधर संगत ने भी जिस वेले खबर सुनी कि सतगुरु जी विराजमान हो गए हन आके दरबार विच सज चुके हन, ते उस वेले हुम हुमा के गुरु कियां संगतां भाव बहुत
उत्साह पूर्वक एक दूजे तो अगे वध के दर्शना लई पहुंचे ते ए गुरु की संगत जेड़ी पहुंची हुई है अनेक प्रकार दी अकोरन अकोर नाम है भेटा दा अनेक प्रकार दियां भेटावां सतगुर दे चरणा विच अर्पण कर रही है। अरविंद पूजंती सतगुर सच्चे पातशाह जी नूं ए गुरु की संगत वंदना कर रही है सतगुरु जी दे पवित्र चरण कमलां दे उत्ते सतगुरु सच्चे पातशाह जी दे चरणा विच पुज के पूजा अर्पण कर रहे हन। बहुत सारी संगत जिस वेले आ गई सतगुरां जी दे आले दुआले बहुत सारी भीड़ इकट्ठ हो गया। गर्मी की स्वेद शरीर हाँ गर्मी दी रुत सी उस वेले ते शरीरां दे उत्तों तनां दे उत्तों स्वेद कहिए जड़ा पसीना ओ चो रहा है। हाँ इधर गुरु के सिख है जेडे गुरु के सिखां दी तरफों सतगुरु जी दे चरणा विच अरदासां हो रही हैं। हाँ कलगी वाले सतगुरु सच्चे पातशाह धन गुरु गोबिंद सिंह साहिब महाराज सारयां दियां आसां पूर्ण कर रहे हन। इस प्रकार कहिंदे गुरदरबार भी भर गया संगत बहुत सारी एकत्र हो गई ते गुरदरबार दे आले दुआले चारे दिशावां विच भी बहुत सारे मनुख बहुत सारी संगत सिख संगत खड़ी हुई है। हाँ इस प्रकार जिहड़ा जरी दोज बिजना नाम है पखे का जरी की कढ़ाई वाले जिहड़े पखे है ना वह गुरु कियां संगतां उत्ते फिर रहे आ भाव पखा झल के गुरु कियां संगतां गुरु के सिख लाहा लै रहे हैं सेवा का। इधर सतगुरां दा जिहड़ा चौर बरदार है सो वह भी चला चल बड़ा सुंदर जिहड़ा चौर साहब है सो वह सतगुरु जी दे सीस उत्ते चार वधिया तरीके दे नाल चला रहा है तेज तेज। सतगुर सच्चे पातशाह जी दे दरबार की ऐसी शोभा वेख के सतगुरु जी दे दर्शन करके जेडे प्रेमी जन है ना मनो सतगुर सच्चे पातशाह उन्हों का मन चुरा रहे हैं भाव गुरु की संगतां नूं बड़ा चंगा लग रहा सतगुरु जी का रूप बड़ा मनमोहक लग रहा है। इधर सतगुरु सच्चे पातशाह जी भी अपने गुरसिखां दे उत्ते भरपूर खुशियां बख्शिश कर रहे हन सकल कामना पूरी। इस प्रकार सतगुर सच्चे पातशाह जी खुश हो रहे आ प्रसन्न हो रहे है ते सतगुर सच्चे पातशाह जी दियां खुशियां नाल सारी सिख संगत दियां मनोकामनावां संपूर्ण हो रही हैं क्योंकि सतगुरु जी तो है ही इच्छा पूर्वक सर्व सुखदाता हर जाकै वस है काम ते ना सो ऐसा हर त्याई है मेरे जी अड़े ता सर्व सुख पाव है मेरे मना। सतगुर सच्चे पातशाह जी इच्छावां पूरियां कर रहे हैं सब दियां क्योंकि गुरु घर विखे गुरमुख प्यारे असी जिहड़ी भी कामना लैके आ जाइए चाहे वह दुनियावी होवे चाहे वह परमार्थ दी होवे ये लोक दी होवे चाहे परलोक दी होवे सतगुर सच्चे पातशाह सब दियां मनोभावनावां पूर्ण करते हैं। जिमें सतगुरों के इस अस्थान के उत्ते भी आप दूर दुराडिया तो देशों विदेशों तो गुरु की संगत नित्ता प्रति सैकड़े नहीं हज़ार की गिणती विच ते ऐतवार वाले दिन जिहड़ा विशेष समागम सजदा उस दिन तो बहुत भारी गिणती विच गुरु की संगत पहुँचदियाँ तो सतगुरु जी सब दियां मनोकामनावां पूरियां करते हैं क्योंकि भाई जिहड़ी अरदास साडे हिरदे विचों धुर अंदरों निकलती आ ना सतगुरां दे नाल जुड़ के निकलती है। आपां पिछले प्रसंगां विच सुनिया भाई विशंबर दास जी नूं सतगुरु सच्चे पातशाह ने 101 अरदासां दी बख्शिश कीती है कि किहड़े किहड़े समें किहड़ी किहड़ी अरदास गुरु चरणां विच करनी है क्योंकि गुरु के सिख और गुरु साहिब जी दे विच मिलाप दे लई इक्को इक साधन सतगुरां ने अरदास दस्सिया तो जिहड़ा गुरु का सिख जुड़ के ये अरदास करता है जिहड़ी धुर अंदरों साडे अरदास निकलती है तो सतगुर सच्चे पातशाह जी
ਉਹ ਅਰਦਾਸ ਨੂੰ ਪੂਰੀ ਕਰਦੇ ਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਗੁਰੂ ਜੀ ਜਿਹੜੇ ਸੰਪੂਰਨ ਹਨ, ਗੁਣਾਂ ਦੇ ਖਜ਼ਾਨੇ ਹਨ, ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਅਰਦਾਸਾਂ ਬੇਨਤੀਆਂ ਨੂੰ ਪੂਰੀਆਂ ਕਰਦੇ ਆ, ਬਸ਼ਰਤੇ ਕਿ ਸਾਡੇ ਮਨ ਵਿੱਚ ਉਹ ਸ਼ਰਧਾ ਭਾਵਨਾ ਹੋਵੇ ਕਿ ਸਾਡਾ ਗੁਰੂ ਪੂਰਾ ਹੈ। ਸਾਡਾ ਮਨ ਐਵੇਂ ਨਾ ਵਿਰਾਗੀ ਹੋਇਆ ਰਹੇ, ਐਵੇਂ ਨਾ ਚਿੰਤਾ ਝੋਰਿਆਂ ਦੇ ਵਿੱਚ ਅਰਦਾਸ ਕਰਦੇ ਵੀ ਕਿਤੇ ਇਹ ਸੋਚੀ ਜਾਈਏ ਵੀ ਅਰਦਾਸ ਕੀਤੀ ਹੈ ਪਤਾ ਨਹੀਂ ਪੂਰੀ ਹੋਊਗੀ ਕਿ ਨਹੀਂ, ਕਿਉਂਕਿ ਸਾਡਾ ਹਾਲ ਇਹੀ ਹੈ। ਅਸੀਂ ਅਰਦਾਸ ਵੀ ਕਰਦੇ ਹਾਂ ਪਰ ਮਨ ਵਿੱਚ ਵੀ ਇਹ ਹੁੰਦਾ ਵੀ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ। ਜਿਵੇਂ ਇੱਕ ਸਾਖੀ ਪ੍ਰਮਾਣ ਆਉਂਦਾ ਹੈ, ਕਹਿੰਦੇ ਇੱਕ ਨਗਰ ਦੇ ਵਿੱਚ ਨਾ ਕਾਲ ਦਾ ਸਮਾਂ ਆ ਗਿਆ, ਮੀਂਹ ਨਾ ਪਿਆ, ਲੋਕ ਬੜੇ ਆਤਰ ਹੋਏ, ਬੜੇ ਦੁਖੀ ਹੋਏ ਅਤੇ ਦੁਖੀ ਹੋਏ ਲੋਕ ਕਹਿੰਦੇ ਜੀ ਭਗਵਾਨ ਨੂੰ ਜਾ ਕੇ ਅਰਦਾਸ ਕਰੀਏ। ਬਾਹਰ ਨਗਰ ਦੇ ਬਾਹਰ ਬਾਹਰ ਖੇਤਾਂ ਦੇ ਵਿੱਚ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਸੀ, ਸਾਰੇ ਨਗਰ ਦੇ ਲੋਕ ਕਹਿੰਦੇ ਉੱਥੇ ਜਾ ਕੇ ਅਰਦਾਸ ਕਰੀਏ ਤਾਂ ਮੀਂਹ ਪੈ ਜਾਵੇਗਾ। ਸੋ ਅਰਦਾਸ ਕਰਨ ਵਾਸਤੇ ਚੱਲ ਪਏ ਅਤੇ ਇਹਨਾਂ ਜਦੋਂ ਅਰਦਾਸ ਕਰਨ ਵਾਲਿਆਂ ਦੇ ਨਾਲ ਇੱਕ ਛੋਟਾ ਜਿਹਾ ਬਾਲਕ ਵੀ ਚੱਲਿਆ ਅਤੇ ਉਹਨੇ ਹੱਥ ਵਿੱਚ ਛਤਰੀ ਫੜੀ ਹੋਈ ਹੈ, ਅਤੇ ਬਾਕੀ ਦੇ ਸਾਰੇ ਉਹਨੂੰ ਕਹਿੰਦੇ ਵੀ ਤੂੰ ਛਤਰੀ ਕਾਹਤੋਂ ਫੜੀ ਹੈ, ਵੀ ਧੁੱਪ ਨਿਕਲੀ ਹੋਈ ਹੈ ਅਤੇ ਕੋਈ ਮੀਂਹ ਨਹੀਂ ਪੈ ਰਿਹਾ, ਕੋਈ ਹਨੇਰੀ ਨਹੀਂ, ਅਤੇ ਤੂੰ ਛਤਰੀ ਕਾਹਦੇ ਵਾਸਤੇ ਫੜੀ ਹੋਈ ਹੈ? ਕਹਿੰਦਾ ਆਪਾਂ ਚੱਲੇ ਕਾਹਦੇ ਵਾਸਤੇ ਹੈ? ਕਹਿਣ ਲੱਗੇ ਅਰਦਾਸ ਕਰਨ। ਕਹਿੰਦਾ ਕਾਹਦੀ? ਕਹਿੰਦੇ ਮੀਂਹ ਦੀ ਅਰਦਾਸ ਕਰਨ ਚੱਲੇ ਹੈ। ਅਤੇ ਕਹਿੰਦਾ ਅਰਦਾਸ ਕਰਾਂਗੇ ਤਾਂ ਮੀਂਹ ਪਊਗਾ ਨਾ? ਉਹ ਕਹਿੰਦੇ ਹਲੇ ਤਾਂ ਅਰਦਾਸ ਹੀ ਕਰਨ ਚੱਲੇ ਹਾਂ, ਕੀ ਪਤਾ ਪਊਗਾ ਕਿ ਨਹੀਂ। ਅਤੇ ਕਹਿੰਦਾ ਵੀ ਜਿੱਦਾਂ ਦੀ ਤੁਹਾਡੀ ਸ਼ਰਧਾ ਹੈ ਅਤੇ ਫਿਰ ਤਾਂ ਕਹਿੰਦਾ ਤੁਹਾਡੇ ਲੱਛਣ ਆ ਨਾ ਜਿਹੜੇ, ਫਿਰ ਤਾਂ ਪਵਾਈ ਖੜ੍ਹੇ ਹੋ ਮੀਂਹ। ਕਹਿੰਦਾ ਅਰਦਾਸ ਕਰਦੇ ਹੋ ਤਾਂ ਇਹ ਭਾਵਨਾ ਵੀ ਹੋਣੀ ਚਾਹੀਦੀ ਹੈ ਵੀ ਪੂਰੀ ਹੋਊਗੀ ਸਾਡੀ ਅਰਦਾਸ। ਕਿਸੇ ਵਿਦਵਾਨ ਦੇ ਬਹੁਤ ਸੁੰਦਰ ਵਚਨ ਹੈ ਕਿਸੇ ਮਹਾਂਪੁਰਖ ਦੇ, ਉਹ ਕਹਿੰਦਾ ਹੋਤੀ ਹੈ ਮਨਜ਼ੂਰ ਦੁਆ ਜੋ ਦਿਲ ਸੇ ਹੋਤੀ ਹੈ, ਪਰ ਮੁਸ਼ਕਲ ਤੋਂ ਇਹ ਹੈ ਕਿ ਇਹ ਬੜੀ ਮੁਸ਼ਕਲ ਸੇ ਹੋਤੀ ਹੈ। ਦੁਆ ਤਾਂ ਕਬੂਲ ਹੋ ਜਾਂਦੀ ਹੈ ਪਰ ਹੁੰਦੀ ਕਬੂਲ ਉਹ ਹੈ ਜਿਹੜੀ ਧੁਰ ਹਿਰਦੇ 'ਚੋਂ ਨਿਕਲੀ ਹੋਵੇ, ਪਰ ਮੁਸ਼ਕਲ ਇਸ ਗੱਲ ਦੀ ਬਣ ਆਉਂਦੀ ਹੈ। ਪ੍ਰੋਬਲਮ ਇਹ ਹੈ ਕਿ ਧੁਰ ਹਿਰਦੇ ਅੰਦਰੋਂ ਅਰਦਾਸ ਨਿਕਲਣੀ ਬੜੀ ਕਠਿਨ ਹੈ, ਬਹੁਤ ਔਖਾ ਕੰਮ ਹੈ। ਅਰਦਾਸਾਂ ਤਾਂ ਆਪਾਂ ਕਰਦੇ ਹਾਂ ਪਰ ਜਦੋਂ ਕਚਿਆਈ ਹੋਵੇ ਮਨ ਵਿੱਚ ਵੀ ਕਰਤੀ ਅਰਦਾਸ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ। ਚੱਲਦੇ ਹਾਂ ਜੀ ਸ਼ਹੀਦਾਂ ਦੇ ਅਸਥਾਨ 'ਤੇ ਬਾਬਾ ਨਿਹਾਲ ਸਿੰਘ ਜੀ ਦੇ ਅਤੇ ਅਰਦਾਸ ਕਰ ਰਹੇ ਹੁੰਦੇ ਹਾਂ, ਭਾਈ ਜੇ ਪੂਰੀ ਹੋਣੀ ਹੋਈ ਤਾਂ ਹੋ ਜੂਗੀ, ਜੇ ਪਹਿਲਾਂ ਹੀ ਇੱਦਾਂ ਦੇ ਲੈ ਕੇ ਆਏ ਹਾਂ ਵਿਚਾਰ ਮਨ ਵਿੱਚ ਮਨੋਰਥ ਆ ਤਾਂ ਫਿਰ ਕਿੱਥੋਂ ਪੂਰੀ ਹੋਵੇਗੀ। ਭਾਵਨਾ ਲੈ ਕੇ ਆਇਆ ਕਰੋ ਅਤੇ ਜਿਹੜੇ ਜਿਹੜੇ ਵੀ ਭਾਵਨਾ ਲੈ ਕੇ ਆਉਂਦੇ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਹੈ? ਗੁਰਮੁਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੀਆਂ ਸੰਗਤਾਂ, ਨੌਜਵਾਨ ਬੱਚੇ ਬੱਚੀਆਂ ਹੱਥਾਂ ਵਿੱਚ ਇਹਨਾਂ ਨੇ ਜਹਾਜ਼ ਫੜੇ ਹੁੰਦੇ ਹੈ ਅਤੇ ਆ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਸੰਕੇਤਕ ਜੀ ਭੇਟਾ ਸਾਡੀ, ਭਾਵਨਾ ਸੰਕੇਤਕ ਜੀ ਭੇਟਾ ਸਾਡੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਸਾਨੂੰ ਵੀ ਆ ਜਹਾਜ਼ੇ ਚੜ੍ਹਾ ਦਿਓ, ਅਸੀਂ ਦੇਸ਼ ਵਿਦੇਸ਼ ਵਿੱਚ ਜਾ ਕੇ ਕੋਈ ਮਾੜਾ ਮੋਟਾ ਖੱਟਣ ਕਮਾਉਣ ਜੋਗੇ ਹੋ ਜਾਈਏ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ। ਗੁਰਮੁਖ ਪਿਆਰਿਓ ਕਿੰਨੀ ਬੇਰੁਜ਼ਗਾਰੀ, ਆ ਨੌਜਵਾਨਾਂ ਨੂੰ ਨੱਚਣ ਟੱਪਣ ਵਾਲੇ ਪਾਸੇ ਲਾਈ ਰੱਖਦੇ ਹੈ ਜਾਂ ਐਵੇਂ ਕਿਸੇ ਨਾ ਕਿਸੇ ਮਸਲੇ ਵਿੱਚ ਉਲਝਾਈ ਰੱਖਣਾ, ਅਤੇ ਨੌਕਰੀਆਂ ਕਿਹਨੇ ਦੇਣੀਆਂ? ਪੜ੍ਹੀ ਲਿਖੀ ਨੌਜਵਾਨੀ ਅੱਜ ਸੜਕਾਂ ਦੇ ਉੱਤੇ ਬੈਠੇ ਆਪਣੇ ਹੱਕ ਮੰਗਦੇ ਆ, ਅਤੇ ਤੁਹਾਨੂੂੰ ਪਤਾ ਹੀ ਹੈ ਨਿੱਤ ਦੀਆਂ ਖਬਰਾਂ ਆਪਾਂ ਪੜ੍ਹਦੇ ਹਾਂ ਕਿਵੇਂ ਡਾਂਗ ਵਰਦੀ ਆ ਉਹਨਾਂ 'ਤੇ। ਕਦੇ ETT ਵਾਲੇ ਟੀਚਰ ਬੈਠੇ ਹੁੰਦੇ ਹੈ, ਕਦੇ BEd ਵਾਲੇ ਬੈਠੇ ਹੁੰਦੇ ਹੈ, ਕਦੇ ਬਿਜਲੀ ਮਹਿਕਮੇ ਵਾਲੇ ਜਾ ਕੇ ਬੈਠੇ ਹੁੰਦੇ ਹੈ, ਅਤੇ ਕਦੇ ਕਿਸੇ ਡਿਪਾਰਟਮੈਂਟ ਵਾਲੇ, ਕਦੇ ਕਿਹੜਾ ਮਹਿਕਮਾ ਹੈ ਜਿਹੜਾ ਖੁਸ਼ ਹੈ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ। ਫਿਰ ਉਹ ਜਦੋਂ ਜਿਹੜੀਆਂ ਇਹ ਦੁਨਿਆਵੀ ਝੂਠੀਆਂ ਸਰਕਾਰਾਂ ਤੋਂ ਪੂਰੀ ਨਹੀਂ ਪੈਂਦੀ, ਅਤੇ ਫਿਰ ਨੌਜਵਾਨ ਆ ਕੇ ਉਹਨਾਂ ਨੇ ਸੱਚੀ ਸਰਕਾਰ ਅੱਗੇ ਹੀ ਤਰਲਾ ਕਰਨਾ ਨਾ, ਸੱਚੀ ਸਰਕਾਰ ਅੱਗੇ ਆ ਕੇ ਤਰਲਾ ਕਰਦੇ ਹੈ। ਅਤੇ ਕਈ ਤਾਂ ਇਹ ਸੋਚ ਲੈਂਦੇ ਹੈ ਕਿ ਝੂਠੀ ਸਰਕਾਰ ਦੀ ਨੌਕਰੀ ਕਰਨੀ ਨਹੀਂ ਇੱਥੇ, ਅਤੇ ਚਲੋ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਚਾਹੁਣਗੇ ਸੱਚੀ ਸਰਕਾਰ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਦਿੰਦੇ ਹੈ, ਅਤੇ ਜਿੱਥੇ ਉਹ ਲਿਜਾਣਾ ਚਾਹੁਣਗੇ ਲੈ ਜਾਣਗੇ, ਜਿੱਥੇ ਭੇਜਣਾ ਚਾਹੁਣਗੇ ਭੇਜ ਦੇਣਗੇ। ਜਿੱਥੇ ਉਹਨਾਂ ਨੇ ਸਾਡਾ ਦਾਣਾ ਪਾਣੀ ਲਿਖਿਆ ਹੋਇਆ ਉੱਥੇ ਸਤਿਗੁਰੂ ਜੀ ਸਾਨੂੰ ਬਖਸ਼ ਦੇਣਗੇ। ਇਉਂ ਆ ਕੇ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਅਤੇ ਸਭ ਦੀ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਇੱਥੇ, ਕਿਉਂਕਿ ਭਗਤੀ ਸ਼ਕਤੀ ਦਾ ਪ੍ਰਤਾਪ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਬੈਸਣ ਸੰਤ ਜਨ, ਸੋ ਜਿੱਥੇ ਗੁਰੂ ਕੇ ਪਿਆਰੇ ਰੱਬ ਦੇ ਪਿਆਰੇ ਬਹਿ ਜਾਂਦੇ ਆ ਅਤੇ ਰੱਬ ਦਾ ਨਾਮ ਲੈਂਦੇ ਹੈ, ਅਤੇ ਜਿੱਥੇ ਰੱਬ ਦਾ ਨਾਮ ਆ ਗਿਆ ਗੁਰਮੁਖ ਪਿਆਰੇ, ਉੱਥੇ ਪਦਾਰਥਾਂ ਦੀ ਕੋਈ ਕਮੀ ਹੋਣੀ ਹੈ, ਉੱਥੇ ਕੋਈ ਘਾਟਾ ਰਹਿਣਾ? ਕਿਉਂਕਿ ਦੁਨਿਆਵੀ ਪਦਾਰਥਾਂ ਨੂੰ ਇਉਂ ਸਮਝੋ ਗੁਰਸਿੱਖ ਪਿਆਰਿਓ ਕਿ ਜਿਵੇਂ ਇਹ ਨਾ ਪਰਛਾਵੇਂ ਦੀ ਤਰ੍ਹਾਂ, ਪਰਛਾਵੇਂ ਦੀ ਤਰ੍ਹਾਂ ਅਸਲ ਕੀ ਹੈ ਉਹ ਸਤਿਗੁਰੂ ਦਾ ਨਾਮ ਹੈ।
ਅਤੇ ਜਿਹੜਾ ਗੁਰੂ ਕਾ ਪਿਆਰਾ ਇੱਥੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਤਿਗੁਰਾਂ ਦਾ ਨਾਮ ਮੰਗ ਲੈਂਦਾ, ਉਹਨੂੰ ਬਾਕੀ ਅਰਦਾਸਾਂ ਕਰਨ ਦੀ ਲੋੜ ਨਹੀਂ ਰਹਿੰਦੀ, ਉਹ ਸਾਰੀਆਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ। ਜਿਹਨੇ ਗੁਰੂ ਹੀ ਮੰਗ ਲਿਆ ਅਤੇ ਪਦਾਰਥ ਆਪਾਂ ਹੁਣੇ ਸਰਵਣ ਕਰਕੇ ਹਟਿਆ ਵੀ ਮਾਇਆ ਤਾਂ ਇਹ ਘਰ ਦੀ ਦਾਸੀ ਹੈ, ਲਕਸ਼ਮੀ ਇਹ ਘਰ ਦੀ ਦਾਸੀ ਹੈ, ਜਿੱਥੇ ਗੁਰੂ ਆ ਗਿਆ ਤਾਂ ਮਾਇਆ ਪਿੱਛੇ ਪਿੱਛੇ ਆਉਣੀ ਹੈ ਉੱਥੇ। ਇਸੇ ਪ੍ਰਕਾਰ ਇੱਕ ਪ੍ਰਮਾਣ ਹੈ ਗੁਰਮੁਖ ਪਿਆਰਿਓ ਵੀ ਜਿਵੇਂ ਆਪਾਂ ਆਪਣੇ ਪਰਛਾਵੇਂ ਨੂੰ ਫੜਨ ਦਾ ਯਤਨ ਕਰਦੇ ਹੋਈਏ ਅਤੇ ਸੂਰਜ ਵੱਲ ਕਰ ਲਈਏ, ਕੰਡ ਪਿੱਠ ਕਰ ਲਈਏ, ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਮੀਲਾਂ ਦਾ ਸਫ਼ਰ ਤੈਅ ਕਰ ਲਈਏ ਆਪਾਂ, ਪਰਛਾਵਾਂ ਕਦੇ ਫੜਿਆ ਜਾਏਗਾ? ਕਿਉਂਕਿ ਪਿੱਠ ਸੂਰਜ ਵੱਲ ਹੈ, ਪਰਛਾਵਾਂ ਸਾਡੇ ਅਗਲੇ ਪਾਸੇ ਆ ਜਾਣਾ। ਜਿੰਨੇ ਮਰਜ਼ੀ ਯੋਜਨਾ ਦੀ ਦੂਰੀ ਤੈਅ ਕਰ ਲਓ, ਤੁਸੀਂ ਪਰਛਾਵੇਂ ਨੂੰ ਕਦੇ ਫੜ ਨਹੀਂ ਸਕੋਗੇ। ਪਰਛਾਵੇਂ ਨੂੰ ਵੱਸ ਕਰਨ ਦਾ ਇੱਕੋ ਇੱਕ ਤਰੀਕਾ ਹੈ, ਸੂਰਜ ਵੱਲ ਮੂੰਹ ਕਰ ਲਵੇ ਮਨੁੱਖ। ਜਦੋਂ ਸੂਰਜ ਵੱਲ ਨੂੰ ਮੂੰਹ ਹੋ ਗਿਆ ਤਾਂ ਗੁਰਮੁਖ ਪਿਆਰਿਓ ਉਹ ਪਰਛਾਵਾਂ ਤੇਰੇ ਪਿੱਛੇ ਪਿੱਛੇ ਆਵੇਗਾ। ਇਸੇ ਤਰ੍ਹਾਂ ਗੁਰੂ ਕੇ ਸਿੱਖਾ, ਜਦੋਂ ਤੇਰਾ ਗੁਰੂ ਵੱਲ ਮੂੰਹ ਹੋ ਗਿਆ, ਇਹ ਦੁਨਿਆਵੀ ਜਿਹੜੇ ਧਨ ਪਦਾਰਥ ਸੁੱਖ ਆਰਾਮ ਜੋ ਵੀ ਗੁਰੂ ਚਰਨਾਂ ਵਿੱਚ ਆ ਕੇ ਆਪਾਂ ਮੰਗ ਕਰਦੇ ਹਾਂ, ਆਪੋ ਆਪਣੀ ਦੁਨਿਆਵੀ ਸੋਚ ਦੇ ਮੁਤਾਬਕ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਤੇਰੇ ਪਿੱਛੇ ਪਿੱਛੇ ਆ ਜਾਣਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਜਦੋਂ ਸੂਰਜ ਵੱਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰ ਲਈ ਤਾਂ ਸਤਿਗੁਰੂ ਕਿਰਪਾ ਕਰਦੇ ਹੈ। ਸੋ ਇਸ ਪ੍ਰਕਾਰ ਭਾਈ ਗੁਰੂ ਕੀਆਂ ਸੰਗਤਾਂ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੀਆਂ, ਪ੍ਰੇਮ ਦੇ ਨਾਲ ਦਰਸ਼ਨ ਕਰ ਰਹੀਆਂ, ਸਤਿਗੁਰੂ ਜੀ ਦੇ ਮਨਮੋਹਕ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾ ਰਹੀਆਂ ਅਤੇ ਸਤਿਗੁਰੂ ਜੀ ਉਹਨਾਂ 'ਤੇ ਭਰਪੂਰ ਖੁਸ਼ੀਆਂ ਬੜੇ ਆਨੰਦ ਦੇ ਸਹਿਤ ਖੁੱਲ੍ਹੇ ਭੰਡਾਰੇ ਵਰਤਾ ਰਹੇ ਹੈ। ਜੋ ਜੋ ਵੀ ਜੀ ਦੀ ਕਾਮਨਾ, ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਕਾਮਨਾਵਾਂ ਸੰਪੂਰਨ ਕਰ ਰਹੇ ਹਨ। ਸੋ ਸਮੇਂ ਦੀ ਸਮਾਪਤੀ ਹੈ, ਪ੍ਰਸੰਗ ਬਾਕੀ ਰਹਿੰਦਾ, ਬਾਕੀ ਰਹਿੰਦਾ ਪ੍ਰਸੰਗ। ਇੱਕ ਫਕੀਰ ਨੇ ਜਿਹੜਾ ਮੰਦਾਰੀ ਫਕੀਰ ਸੀ, ਮੰਦਾਰ ਫਿਰਕੇ ਦਾ, ਕਨੌਜ ਦੇ ਰਹਿਣ ਵਾਲੇ ਫਕੀਰਾਂ ਦੀ ਇਹ ਸੰਪਰਦਾ ਹੈ। ਸੋ ਭਾਈ ਬਦੀਉਦੀਨ ਮੰਦਾਰ ਦੀ ਇਹ ਪੀਰ ਦੀ ਜਿਹੜੀ ਸੰਪਰਦਾ ਹੈ, ਉਹ ਸੰਪਰਦਾ ਦਾ ਫਕੀਰ, ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਕੁਝ ਫੁੱਲ ਭੇਟਾ ਲੈ ਕੇ ਆਵੇਗਾ। ਸਤਿਗੁਰ ਸੱਚੇ ਪਾਤਸ਼ਾਹ ਉਹ ਫਕੀਰ ਦੇ ਨਾਲ ਕੀ ਬਚਨ ਕਰਨਗੇ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਗੁਰੂ ਕਿਰਪਾ ਕਰੇ ਅਗਲੀ ਕਥਾ ਰਹਿੰਦੀ ਹੋਈ ਕਥਾ ਇਸ ਪ੍ਰਸੰਗ ਦੀ ਸਰਵਣ ਕਰਾਂਗੇ। ਆਓ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਆਪਾਂ ਸਾਰੀ ਸੰਗਤ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਭਗਤ ਖੁਸ਼ੀ ਸਿੱਖਣ ਪਰ ਪੂਰੀ, ਜਿਸ ਤੇ ਸਕਲ ਕਾਮਨਾ ਪੂਰੀ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾ ਭਯਾਨ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।